ਲੱਗੇ ਪਏ ਨੇ ਇਹਦੇ ਉੱਪਰ ਲਿਖਿਆ ਗਰੰਟਡ ਹਾਂਜੀ ਹਾਂਜੀ ਤੁਸੀਂ ਦੇਖ ਰਹੇ ਹੋ ਜੀ ਚੈਨਲ ਇੰਡੀਆ ਕ੍ਰਾਈਮ ਨਿਊਜ਼ ਤੇ ਬਟਾਲਾ ਤੋਂ ਪੱਤਰਕਾਰ ਅਖਿਲ ਮਲਹੋਤਰਾ ਤੇ ਪੱਤਰਕਾਰ ਮੇਰੇ ਨਾਲ ਕਰਮਜੀਤ ਜੰਬਾ ਅੱਜ ਅਸੀਂ ਪਹੁੰਚੇ ਹਾਂ ਬਟਾਲਾ ਸ਼ਹਿਰ ਦੇ ਦੱਸ ਦਈਏ ਕਿ ਬਨੋਟ ਇੰਟਰਪ੍ਰਾਈਜ਼ ਦੀ ਜਿਹੜੀ ਇੱਕ ਬ੍ਰਾਂਚ ਬਟਾਲਾ ਸ਼ਹਿਰ 'ਚ ਬੱਬਰ ਲੌਡ ਸਟਾਲ ਦੀ ਜਿਹੜੀ ਗਾਂਧੀ ਚੌਂਕ ਵਿਖੇ ਜਿਹੜੀ ਖੁੱਲ੍ਹ ਚੁੱਕੀ ਹੈ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਦੀਵਾਲੀ ਦਾ ਤਿਉਹਾਰ ਜਿਹੜਾ ਨੇੜੇ ਆਉਂਦਾ ਪਿਆ ਹੈ ਪਰ ਦੀਵਾਲੀ ਤਿਉਹਾਰ ਤੇ ਲੈ ਕੇ ਲਾਟਰੀ ਬੰਪਰ ਜਿਹੜੇ ਕਰੋੜਾਂ ਰੁਪਈਆਂ ਦੇ ਜਿਹੜੇ ਲਾਟਰੀ ਬੰਪਰ ਸਟਾਲ ਦੇ ਉੱਤੇ ਪਹੁੰਚ ਚੁੱਕੇ ਨੇ ਜਿਹੜੇ ਪਹਿਲਾਂ ਲਾਟਰੀ ਜਿਹੜੀ ਹੁੰਦੀ ਸੀ ਤੁਹਾਨੂੰ ਪਤਾ ਹੈ ਅੱਗੇ ਆਪਾਂ ਲਾਟਰੀਆਂ ਪਾਉਂਦੇ ਸਾਂ ਦੀਵਾਲੀ ਬੰਪਰ ਤੇ ਉਹ ਹੁੰਦੇ ਸੀ 5 ਕਰੋੜ ਰੁਪਏ ਦੇ ਐਰ ਕੀ ਸਰਕਾਰ ਵੱਲੋਂ ਜਿਹੜੀਆਂ ਲਾਟਰੀ 7.5 ਕਰੋੜ ਦੀ ਪਰ ਰੇਟ ਉਹਦਾ ਫਿਰ ਉਹੀ 500 ਰੁਪਏ ਰੱਖਿਆ ਗਿਆ ਤੁਸੀਂ ਲਾਟਰੀ ਬੰਪਰ ਦੇਖ ਸਕਦੇ ਹੋ 7.5 ਕਰੋੜ ਰੁਪਏ ਦਾ ਲਾਟਰੀ ਬੰਪਰ ਦਾ ਇਨਾਮ ਰੱਖਿਆ ਗਿਆ ਇਸ ਵਾਰ ਪਹਿਲੇ 5 ਕਰੋੜ ਰੁਪਏ ਦਾ ਨੰਬਰ ਦਾ ਇਨਾਮ ਦਿੱਤਾ ਜਾਂਦਾ ਸੀ ਹੁਣ ਗੱਲਬਾਤ ਵੀ ਜ਼ਰੂਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲਾਟਰੀ ਖਰੀਦਣ ਵਾਲਿਆਂ ਦਾ ਰਸ਼ ਪਿਆ ਹੋਇਆ ਦੇ ਵਿਕਰੇਤਾ ਵੀ ਇੱਥੇ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਤੁਸੀਂ ਸੁਣ ਸਕਦੇ ਹੋ ਕਿਸ ਤਰ੍ਹਾਂ ਪਨੋਡ ਇੰਟਰਪ੍ਰਾਈਜ਼ ਲੁਧਿਆਣਾ ਦੀ ਜਿਹੜੀ ਬ੍ਰਾਂਚ ਬਟਾਲਾ ਸ਼ਹਿਰ 'ਚ ਬੱਬਰ ਲੌਡ ਸਟਾਲ ਦੀ ਜਿਹੜੀ ਗਾਂਧੀ ਚੌਂਕ ਦੇ ਵਿੱਚ ਖੁੱਲ੍ਹੀ ਹੋਈ ਹੈ ਗੱਲਬਾਤ ਜ਼ਰੂਰ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਥੇ ਲੋਕ ਬੰਪਰ ਖਰੀਦਣ ਵਾਸਤੇ ਇੱਥੇ ਪਹੁੰਚੇ ਹੋਏ ਨੇ ਲਾਟਰੀ ਬੰਪਰ ਇੱਥੇ ਲਾਟਰੀਆਂ ਪਾ ਰਹੇ ਨੇ ਜਿਹੜੇ ਵਿਕਰੇਤਾ ਵੀ ਮੌਜੂਦ ਉਹਨਾਂ ਨਾਲ ਗੱਲਬਾਤ ਜ਼ਰੂਰ ਕਰਦੇ ਹਾਂ ਕਿ ਕਿੱਧਰ ਪਹੁੰਚੇ ਨੇ ਤੇ ਕੀ ਕਰਨ ਪਹੁੰਚੇ ਭਾਈ ਸਾਹਿਬ ਕਿੱਧਰ ਆਏ ਲਾਟਰੀ ਲੈਣਾ ਹੈ ਵੀਰ ਜੀ ਕਿਹੜੀਆਂ ਲਾਟਰੀਆਂ ਵੇਚਦੇ ਨੇ ਇਹ 6 ਰੁਪਏ ਦੀ ਲਾਟਰੀ ਆ 150 ਰੁਪਏ ਦੀ ਕਾਪੀ ਆ ਜਿਹੜੀ 5-6 ਮੋਚ 45000 ਰੁਪਏ ਦਾ ਨਾਮ 45000 ਰੁਪਏ ਦਾ 6 ਰੁਪਏ ਦੇ ਨਾਲ ਨਾਮ ਹਾਂ ਆਪਣਾ ਕਦੀ ਨਾਮ ਨਿਕਲਿਆ ਹਾਂਜੀ 23 ਤਰੀਕ ਦੇ 45000 ਦਾ ਲੱਗਾ ਮੇਰਾ ਇੱਕ ਵਾਰੀ ਟਿਕਟ ਜੀ 45000 ਰੁਪਏ ਦਾ ਨਾਮ ਤੁਹਾਡਾ ਇੱਥੋਂ ਨਿਕਲਿਆ ਸਟਾਲ ਤੋਂ ਹਾਂਜੀ ਐਸ ਸਟਾਲ ਚੋਂ ਨਿਕਲਿਆ ਨਗਦ ਦਿੱਤਾ ਗਿਆ ਨਾ ਹਾਂਜੀ ਦਿੱਤਾ ਗਿਆ ਉਸੇ ਟਾਈਮ ਪੈਸੇ ਲੈ ਕੇ ਆ ਹਾਂਜੀ ਉੱਥੇ ਲੈ ਕੇ ਆਨਲਾਈਨ ਗੂਗਲ ਪੇ ਕਰਾ ਲਈ ਕਿੰਨੀ ਕੀ ਖੁਸ਼ੀ ਹੋਈ ਫਿਰ ਖੁਸ਼ੀ ਬਹੁਤ ਮਹਾਰਾਜ ਕਿ 6 ਰੁਪਏ ਦੇ ਨਾਲ 45000 ਰੁਪਏ ਘਰੇ ਚਲ ਗਿਆ ਹਾਂਜੀ ਸਰ ਫਿਰ ਉਸ ਤੋਂ ਬਾਅਦ घटो घट दो तीन बारी लै गया महीने च लारा तो नहीं लाते जो पैसे लैना देरी कल देंगे कोई लारा नहीं कोई लारा नहीं गूगल प्ले का तो और भी इतने ग्राहक लोते ना गलबात जरूर करते भाई साहब किधर पहुंचे बंपर लैन आया जी दिवाली बंपर लैन आया जी तुहानू पता दिवाली बंपर किन्ने दा पहले ले 500 दा हुंदा ये 5 करोड़ मिलता है ये तो आज की 7.5 करोड़ मिलता पर बंपर दा रेट फिर 500 ही है 500 रुपया ही 7.5 करोड़ रुपया मिलेगा हाँ जी गलबात जरूर करते हैं बब्बर लाट स्टाल के जो मालक साढ़े मौजूद हैं उन्होंने गलबात जरूर करते हैं कि कहना है एक ਆਪਾਂ ਤੁਹਾਨੂੰ ਦੱਸ ਦਈਏ ਕਿ ਪਹਿਲੇ ਸਭ ਤੋਂ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਸਾਡੇ ਨਾਲ ਅਸ਼ੋਕ ਬੱਬਰ ਜੀ ਜਿਹੜੇ ਆਥੋਰਾਈਜ਼ ਡੀਲਰ ਬਟਾਲਾ ਸ਼ਹਿਰ ਤੋਂ ਬਨੋਟ ਇੰਟਰਪ੍ਰਾਈਜ਼ ਲੁਧਿਆਣਾ ਦੇ ਜਿਹੜੇ ਬਟਾਲਾ ਦੇ ਵਿੱਚ ਡਿਸਟ੍ਰੀਬਿਊਟਰ ਨੇ ਜਿਹੜੇ ਬੱਬਰ ਲੌਡ ਸਟਾਲ ਦੇ ਮਾਲਕ ਜਿਹੜੇ ਅਸ਼ੋਕ ਜੀ ਸਾਡੇ ਨਾਲ ਮੌਜੂਦ ਅਸ਼ੋਕ ਜੀ ਸਭ ਤੋਂ ਪਹਿਲਾਂ ਗੱਲਬਾਤ ਕਰਨ ਸ਼ੁਰੂ ਤੋਂ ਪਹਿਲਾਂ ਮੈਨੂੰ ਇੱਕ ਚੀਜ਼ ਦੱਸਿਓ ਜਿਹੜੇ ਬੰਪਰ ਤੁਹਾਡੇ ਲਾਗੇ ਰੱਖੇ ਨੇ ਲਾਟਰੀ ਬੰਪਰ ਪਹਿਲਾਂ 500 ਰੁਪਏ ਦੀ ਟਿਕਟ ਹੁੰਦੀ ਤੇ 5 ਕਰੋੜ ਕੱਢਿਆ ਜਾਂਦਾ ਸੀ ਟਿਕਟ ਦਾ ਰੇਟ ਹੁਣ ਵੀ 500 ਰੁਪਏ ਪਰ 7.5 ਕਰੋੜ ਰੁਪਏ ਦਾ ਯਾਰ ਕੀ ਸਰਕਾਰ ਦੇ ਰਹੀ ਹੈ ਕੀ ਫਾਇਦਾ ਹੈਗਾ ਸਭ ਤੋਂ ਪਹਿਲਾਂ ਜੀ ਨਮਸਕਾਰ सब तो पहले दी पनोड इंटरप्राइज़ लुधियाणा तो उन्हां दी ब्रांच बटाला वालों बटाला निवासी देश वासियों नूं दिवाली दीआं बहुत बहुत शुभकामनावां सारिआं दे खुशियां भरिआ दिवाली दा त्यौहार आवे इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज।